ਸਰਕਾਰ ਦੇ ਕੀ ਹਾਲ ਚਾਲ ਨੇ? ਅੱਜ ਆਪਾਂ ਦੇਖਦੇ ਹਾਂ ਕਿ ਫਾਰਮ ਸਬਮਿਟ ਜੋ ਕਰਦੇ ਹਾਂ ਉਦੋਂ ਅਗਰ ਆਪਾਂ ਕੋਈ ਚੈੱਕ ਅਪਲਾਈ ਕਰਨਾ ਹੋਵੇ, ਫਾਰਮ ਦੀ ਵੈਲਿਡੇਸ਼ਨ ਕਰਨੀ ਹੋਵੇ, ਉਹ ਕਿੱਦਾਂ ਕਰ ਸਕਦੇ ਹਾਂ? ਦੇਖੋ ਨਾ, ਮੈਂ ਤਾਂ ਕੁਛ ਵੀ ਐਂਟਰ ਨਹੀਂ ਕੀਤਾ, ਇੱਥੇ ਕਲਿੱਕ ਕਰਤਾ, ਆਪਾਂ ਅੱਗੇ ਪਹੁੰਚ ਗਏ ਹਾਂ। ਤੁਸੀਂ ਚਾਹੁੰਦੇ ਹੋ ਕਿ ਨੇਮ ਐਂਟਰ ਕਰੇ ਫਿਰ ਅੱਗੇ ਜਾਵੇ, ਈਮੇਲ ਐਂਟਰ ਕਰੇ ਫਿਰ ਅੱਗੇ ਜਾਵੇ, ਜਾਂ ਈਮੇਲ ਦਾ ਕੋਈ ਫਾਰਮੈਟ ਸਹੀ ਹੋਵੇ, ਵੈਲਿਡ ਈਮੇਲ ਹੋਵੇ ਤਾਂ ਅੱਗੇ ਜਾਵੇ, ਨੇਮ ਦੀ ਜਗ੍ਹਾ ਕੋਈ ਉਹ ਆਪਣੇ ਨੰਬਰ ਨਾ ਦੇ ਦੇਵੇ, ਸਹੀ ਨੇਮ ਹੋਊਗਾ ਤਾਂ ਫਿਰ ਆਪਾਂ ਅੱਗੇ ਸਬਮਿਟ ਕਰਾਂਗੇ। ਔਰ ਜਿਹਦੇ ਕੋਲ ਆਪਾਂ ਕਿੱਦਾਂ ਕਰ ਸਕਦੇ ਹਾਂ, ਉਹਦਾ ਬਹੁਤ ਸੌਖਾ ਤਰੀਕਾ ਜੀ। ਆਪਣੇ ਕੋਲ ਹੈ ਨਾ ਫੋਰਮ ਵਾਲਾ, ਕਿੱਧਰ ਗਿਆ, ਐ ਸੀ ਨਾ ਮਾਈ ਫੋਰਮ, ਇਹਨੂੰ ਖੋਲ੍ਹੋ ਜੀ ਨੋਟ ਪੈਡ 'ਚ, ਅਤੇ ਇਹਦੇ ਵਿੱਚ ਦੇਖੋ ਜਨਾਬ, ਆਪਾਂ ਜਾਵਾਸਕ੍ਰਿਪਟ ਅਪਲਾਈ ਕਰਾਂਗੇ, ਜਿਹਦੇ ਆਪਾਂ ਵੈਲਿਡੇਸ਼ਨ ਕਰਾਂਗੇ ਕਿ ਪਹਿਲਾਂ ਉਹ ਨੇਮ ਅਤੇ ਈਮੇਲ ਐਂਟਰ ਕਰੂਗਾ, ਫਿਰ ਆਪਾਂ ਉਹਨੂੰ ਅੱਗੇ ਜਾਣ ਦੇਵਾਂਗੇ, ਨਹੀਂ ਤਾਂ ਆਪਾਂ ਉਹਨੂੰ ਉਤਰਾਅ 'ਚ ਹੀ ਡੱਕ ਲਾਂਗੇ। ਇਹ ਲਓ ਜਨਾਬ ਸਕ੍ਰਿਪਟ, ਥੋੜ੍ਹੀ ਜਿਹੀ ਆਪਾਂ ਨੂੰ ਜਾਵਾਸਕ੍ਰਿਪਟ ਲਿਖਣੀ ਪਊਗੀ, ਤੁਸੀਂ ਪਹਿਲੇ ਜਾਣਦੇ ਹੀ ਹੋ, ਪਿਛਲੇ ਲੈਕਚਰ ਵੀ ਪੜ੍ਹ ਚੁੱਕੇ ਹੋ। ਇੱਥੇ ਮੈਂ ਨਿੱਕਾ ਇੱਕ ਫੰਕਸ਼ਨ ਲਿਖਦਾ ਜਨਾਬ, ਫੰਕਸ਼ਨ ਉਹਦਾ ਕੋਈ ਵੀ ਨਾਮ ਲਿਖ ਲਓ, ਮਾਈ ਫੰਕਸ਼ਨ। ਦੇਖੋ ਮੈਂ ਇਹਦਾ ਨਾਮ ਲਿਖਦਾ ਬੜੇ ਸਿੱਧੇ ਸਿੱਧੇ, ਮਾਈ ਫੰਕਸ਼ਨ ਜਾਂ ਮਾਈ ਫੋਰਮ ਵਗੈਰਾ। ਐਕਚੁਅਲੀ ਤੁਸੀਂ ਇਹ ਨਾਮ ਨਹੀਂ ਰੱਖਣੇ, ਤੁਸੀਂ ਸਹੀ ਨਾਮ ਰੱਖਣੇ ਤਾਂ ਕਿ ਉਹਨਾਂ ਸਮਝਣ 'ਚ ਆਸਾਨੀ ਹੋਵੇ। ਅਤੇ ਹੁਣ ਇਹ ਆਪਾਂ ਕਹਾਂਗੇ ਜਦੋਂ ਫੋਰਮ ਸਬਮਿਟ ਹੋਵੇ ਤਾਂ ਪਹਿਲੇ ਫੰਕਸ਼ਨ ਕਾਲ ਹੋ ਜਾਵੇ, ਠੀਕ ਹੈ। ਉਹਨੂੰ ਪਹਿਲਾਂ ਦੇਖਦੇ ਹਾਂ ਕਿੱਦਾਂ, ਇੱਥੇ ਨਾ ਇੱਕ ਇਹਦਾ ਐਟਰੀਬਿਊਟ ਹੈ ਔਨ ਸਬਮਿਟ ਦਾ, ਫੋਰਮ ਦਾ ਐਟਰੀਬਿਊਟ ਹੈਗਾ। ਉਹਦੇ ਅੱਗੇ ਆਪਾਂ ਲਿਖਦਾ ਜਨਾਬ ਮਾਈ ਫੰਕਸ਼ਨ, ਠੀਕ ਹੈ। ਆਪਾਂ ਮਾਈ ਫੰਕਸ਼ਨ ਲਿਖਿਆ ਅਤੇ ਆ ਫੰਕਸ਼ਨ ਕਾਲ ਹੋ ਜੂਗਾ ਜਦੋਂ, ਆ ਦੇਖੋ ਹੈਲੋ ਪੱਚ, ਠੀਕ ਹੋ ਗਿਆ। ਇਹਨੂੰ ਆਪਾਂ ਚਲਾ ਕੇ ਦੇਖਦੇ ਹਾਂ। ਦੇਖੋ ਜੀ ਮੈਂ ਇਹਨੂੰ ਸਬਮਿਟ ਕੀਤਾ, ਉਹਨੇ ਕਹਿ ਲਓ ਭਾਜੀ, ਲੇਕਿਨ ਆਪਾਂ ਫਿਰ ਅੱਗੇ ਟੁਰ ਗਏ, ਇੱਥੇ ਰੁਕਿਆ ਨਹੀਂ। ਪਹਿਲਾਂ ਆਪਾਂ ਦੇਖਦੇ ਹਾਂ ਇੱਥੇ ਰੋਕਣਾ ਕਿੱਥੇ ਆ, ਕਿੱਦਾਂ ਹੈਗਾ। ਉਹਦੇ ਵਾਸਤੇ ਇਹ ਹੈ ਕਿ ਆਪਾਂ ਉਹ ਜਨਾਬ ਬੰਦ ਹੋਇਆ ਤੂੰ, ਇੱਧਰ ਆ ਕੇ ਪਹਿਲਾਂ ਪਹਿਲਾਂ ਦੇਖਣਾ ਹੈਗਾ ਇਹਨੂੰ ਆਪਾਂ ਰੋਕਣਾ ਕਿੱਥੇ ਆ, ਕਿੱਦਾਂ ਹੈਗਾ। ਉਹ ਆ ਜਿਹੜਾ ਫੰਕਸ਼ਨ ਅਗਰ ਫਾਲਸ ਰਿਟਰਨ ਕਰੇ ਤਾਂ ਆਪਾਂ ਇਹਨੂੰ ਰੋਕ ਦਾਂਗੇ, ਟਰੂ ਰਿਟਰਨ ਕਰੇ ਤਾਂ ਆਪਾਂ ਇਹਨੂੰ ਤੋੜ ਦਾਂਗੇ। ਅਤੇ ਆਪਾਂ ਇੱਥੇ ਕੀਤਾ ਰਿਟਰਨ ਫਾਲਸ, ਹਾਲੇ ਵੀ ਰੁਕਣਾ ਨਹੀਂ ਹੈਗਾ, ਦੇਖਣ ਦਾ ਇਹਨੂੰ ਚਲਾ ਕੇ ਦੇਖੋ, ਐ ਲੈ ਸ਼ੋ ਹੋਇਆ ਫਿਰ ਗਾਂ ਟੁੱਟ ਗਿਆ। ਉਹਦੇ ਵਾਸਤੇ ਕਰਨਾ ਇੱਥੇ ਲਿਖਣਾ ਰਿਟਰਨ ਮਾਈ ਫੰਕਸ਼ਨ, ਇਹਦਾ ਮਤਲਬ ਇਹ ਹੈ ਕਿ ਜਦੋਂ ਇਹ ਫੰਕਸ਼ਨ ਕਾਲ ਹੋਏਗਾ ਅਤੇ ਔਨ ਸਬਮਿਟ ਹੈਗਾ, ਉਹ ਰਿਟਰਨ ਦੇ ਰਿਜ਼ਲਟ ਦੇ ਉੱਤੇ ਫੈਸਲਾ ਕਰੇਗਾ ਕਿ ਆਪਾਂ ਫਾਰਮ ਨੂੰ ਪੇਜ ਨੂੰ ਗਾਂ ਤੋਰਨਾ ਵਾ ਜਾਂ ਇੱਥੇ ਰੱਖਣਾ ਹੈਗਾ, ਇੱਥੇ ਰੱਖਣਾ ਹੈਗਾ। ਅਗਰ ਰਿਟਰਨ ਵਿੱਚ ਫਾਲਸ ਆਏਗਾ ਤਾਂ ਫਾਰਮ ਸਬਮਿਟ ਨਹੀਂ ਹੋਊਗਾ, ਅਗਰ ਰਿਟਰਨ ਵਿੱਚ ਟਰੂ ਆਏਗਾ ਤਾਂ ਫਾਰਮ ਸਬਮਿਟ ਹੋ ਜੂਗਾ। ਆਪਾਂ ਹਾਲੇ ਇੱਥੇ ਫਾਲਸ ਘਲਾ ਰਹੇ ਹਾਂ ਤਾਂ ਕਿ ਫਾਰਮ ਸਬਮਿਟ ਨਹੀਂ ਹੋਊਗਾ। ਇਹ ਚੱਲ ਵੀਰਾ, ਇਹ ਆ ਰਿਹਾ, ਹੈਲੋ ਭਾਅ ਜੀ ਫਾਰਮ ਸਬਮਿਟ ਹੋ ਗਿਆ। ਬੋਲੇ ਬੀਬਾ ਤੇਰੇ, ਇਹ ਰੀਫਰੈਸ਼ ਕਰਦੇ, ਇਹਨੂੰ ਸੇਵ ਕੀਤਾ ਕਿ ਨਹੀਂ ਕੀਤਾ, ਇਹਨੂੰ ਸੇਵ ਕਰਦੇ ਹਾਂ। ਅਤੇ ਤੇਰੀ ਖੈਰ ਹੋ ਜਾਏ, ਇੱਕ ਤਾਂ ਤੁਰ ਜਾਂਦਾ ਗਾ, ਇੱਕ ਮਿੰਟ ਦੇਖ ਲੈਂਦੇ ਹਾਂ। ਰਿਟਰਨ ਮਾਈ ਫੰਕਸ਼ਨ, ਅਤੇ ਯਾਰ ਸਭ ਕੁਛ ਠੀਕ ਠਾਕ ਹੈ, ਪਰ ਕਈ ਦਫ਼ਾ ਨਾ ਇਹ ਸੇਵ ਨਹੀਂ ਹੁੰਦਾ ਸਵਾਰ ਕੇ, ਸੇਵ ਕਰਕੇ ਫਿਰ ਕਰਦੇ ਹਾਂ ਇਹਨੂੰ ਦੁਬਾਰਾ, ਇੱਕ ਲਿਖ ਲਈਏ ਫਾਲਸ। ਬਾਕੀ ਹੈਗਾ ਇਹੀ ਆ, ਸੇਵ ਕੀਤਾ, ਉਹਨੂੰ ਆ ਕੇ ਰੀਫਰੈਸ਼ ਕੀਤਾ, ਠੀਕ ਹੈ, ਨਹੀਂ ਜਾ ਰਿਹਾ ਅੱਗੇ, ਪਤਾ ਨਹੀਂ ਕੀ ਸੇਵ ਦਾ ਮਸਲਾ ਬਣਦਾ ਕਈ ਦਫ਼ਾ। ਅਤੇ ਹੁਣ ਜਾਣੀ ਇੱਥੇ ਅਗਰ ਫਾਸਟ ਆ ਗਿਆ ਨਾ, ਇੱਥੇ ਆਪਣੇ ਇੱਥੇ ਫਾਸਟ ਆ ਗਿਆ ਅਤੇ ਆਪਣੇ ਉਹ ਦੇਖੇਗਾ ਕਿ ਇਹਦੀ ਬੇਸ 'ਤੇ ਰਿਟਰਨ ਕੀ ਹੋ ਰਿਹਾ, ਅਗਰ ਰਿਟਰਨ ਫਾਲਸ ਹੋਏਗਾ ਤਾਂ ਉਹ ਉੱਥੇ ਉਹਨੂੰ ਰੋਕ ਲਏਗਾ, ਅਗਰ ਰਿਟਰਨ ਟਰੂ ਹੋਏਗਾ ਤਾਂ ਉੱਥੇ ਉਹਨੂੰ ਤੋਰ ਦੇਗਾ ਗਾ। ਹੁਣ ਮੈਂ ਇੱਥੇ ਇਹਨੂੰ ਟਰੂ ਕਰਦਾ, ਸੇਵ ਕਰ ਲਾ ਭਾਅ, ਸਵਾਰ ਕੇ ਇਹਨੂੰ ਐਤਕੀ ਨਾ ਵੇਸਟ ਕਰਵਾ ਦੇਈ। ਚੱਲ ਹੁਣ
गां तुर पिया, ठीक है। तो ये ध्यान रखना कि फॉल्स होएगा तो वह रुक जाएगा उत्थे, तो ट्रू होएगा तो गां तुर पूगा। अच्छा, तो यह फायदा की है, देखो जी हुण आप देखते हैं। आप कहते हैं कि नेम वाला फील्ड एम्प्टी ना हो, मैं आई डी रखता, चलो कोई भी आई डी रख लो, ए रखता, यदा मैं आई डी रखता, चलो कोई भी रखता आई डी, बी रखता। हूँ मैं कहना कि दोनों फील्ड उन्होंने भरने चाहिए, अदरवाइज वो आप इतने रोक लाँगे। इतने आप कहने जनाब इफ डॉक्यूमेंट डॉट गैट ई वड्डा एलीमेंट बी वड्डा आई वड्डा बाई आई डी, ये आप कहने जनाब ए डॉट वैल्यू बराबर एम्प्टी। मतलब कि अगर उन्हें वैल्यू एंटर नहीं की हैगी तो आप खबरदार करते हैं कि वैल्यू भर ये अलर्ट भाजी नेम लिखो, ठीक है। तो उस तो बाद करते हैं रिटर्न फॉल्स कर देंगे, रिटर्न फॉल्स कर देंगे तो की हो जाएगा भला, वो ये फॉर्म अगर सबमिट नहीं होगा। तो एक होर लिखते हैं, कॉपी पेस्ट करते हैं, तो इतने करते हैं जनाब कि अगर उन्हें पी थले वाला फील्ड भी भरया हुआ तो आप कहने भाजी ईमेल लिखो, रिटर्न फॉल्स करने, ठीक है। उदा अड़ी अगर दोनों दोनों नहीं होंगी तो अपने आप ही बाई डिफॉल्ट थले आ गए रिटर्न ट्रू हो जाएगा। आप चला के देखते हैं, आ देखो कहते भाजी नाम लिखो, आ गए शेर मोहम्मद नाम लिखता, सबमिट करते हैं, कहते भाजी ईमेल भी लिखो शेर एट पंजाब। हूँ भाजी उन्हें गां तोड़ता। तो ये इन्नी गल है कि तुम अगर उन्होंने राह रोकना हो फॉर्म सबमिट तो पहले कोई कंडीशन फुलफिल करवानी हो तो इन्ना काम करना है, आ लिखना ही इन्नी स्टेटमेंट, कोई फंक्शन लिखना, फंक्शन तुम अपने सारे रूल लिखने हैं। बहुत सिंपल सिंपल काम से हो सकता है, ईमेल की वैलिडेशन करो, ये रेगुलर एक्सप्रेशन कोई पा दो इतने ज कुछ होर कर दौ, तो यह फॉर्म सबमिट होने पहले फॉर्म को वैलिडेट कर सकते हैं, ठीक हो गया जी। ओके जी, रब रखा।